ਕੈਨੇਡਾ ਦੇ ਵਿੱਚ ਪੰਜਾਬੀ ਗਾਇਕ ਜੋੜੀ ਤੇ ਹੋਇਆ ਜਾਣ ਲੇਵਾ ਹਮਲਾ ਤਸਵੀਰਾਂ ਦੇਖ ਕੇ ਦਹਿਲ ਜਾਵੇਗਾ ਦਿਲ ਜੀ ਹਾਂ ਤੁਹਾਨੂੰ ਦੱਸਦੇ ਹਾਂ ਕਿ ਬੜੀ ਹੀ ਦਿਲ ਦਹਿਲਾ ਦੇਣ ਵਾਲਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਖੌਫ ਆਨ ਦਾ ਤਸਵੀਰਾਂ ਨੂੰ ਦੇਖ ਕੇ ਜਿਸ ਦੇ ਵਿੱਚ ਪੰਜਾਬੀ ਗਾਇਕ ਜੋੜੀ ਦੇ ਉੱਤੇ ਹਮਲਾ ਕੀਤਾ ਗਿਆ ਜੀ ਹਾਂ ਪੰਜਾਬੀ ਗਾਇਕ ਜੋੜੀ ਜੋ ਕੈਨੇਡਾ ਦੇ ਵਿੱਚ ਹੈ ਕੈਨੇਡਾ ਦੇ ਵਿੱਚ ਇਸ ਗਾਇਕ ਜੋੜੀ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਦੱਸਦੇ ਹਾਂ ਕਿ ਗਾਇਕ ਜੋੜੀ ਦੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਿੱਤਿਆ ਗਈਆਂ ਨੇ ਤਸਵੀਰਾਂ ਦੇਖ ਕੇ ਦਿਲ ਤਾਂ ਦਹਿਲਦਾ ਹੀ ਹੈ ਨਾਲ ਨਾਲ ਇੱਕ ਵਿਅਕਤੀ ਫਿਕਰਮੰਦ ਵੀ ਜ਼ਰੂਰ ਹੁੰਦਾ ਆਖਰ ਕਿਹੜੇ ਗਾਇਕ ਤੇ ਹਮਲਾ ਹੋਇਆ ਹੈ ਕਿਹੜੀ ਇਹ ਜੋੜੀ ਸੀ ਪੂਰੀ ਜਾਣਕਾਰੀ ਦੇਣਿਆ ਵੀਡੀਓ ਦੇ ਮਾਧਿਅਮ ਦਰਾਹੀ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਦੱਸ ਦਈਏ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਇਹ سلسلہ ਆਮ ਜਾਈ ਬਣ ਗਿਆ ਕਿ ਆਏ ਦਿਨ ਹੀ ਕਿਸੇ ਨਾ ਕਿਸੇ ਪੰਜਾਬੀ 뮤직 ਇੰਡਸਟਰੀ ਦੇ ਗਾਇਕ ਨੂੰ ਧਮਕੀਆਂ ਭਰਿਆ ਮੈਸੇਜ ਕਾਲ ਜਾਂ ਫਿਰ ਈਮੇਲ ਆਉਂਦੀ ਹੀ ਰਹਿੰਦੀ ਹੈ ਇਸ ਵਿੱਚਕਾਰ ਤੁਹਾਨੂੰ ਦੱਸਦੀ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜਾ ਖਤਰੇ ਮੰਡਰਾ ਰਹੇ ਨੇ ਸੋ ਜੇਕਰ ਗੱਲ ਕਰੀਏ ਆਏ ਦਿਨ ਕਿਸੇ ਨਾ ਕਿਸੇ ਗਾਇਕ ਨੂੰ ਧਮਕੀ ਮਿਲਦੀ ਹੈ ਜਿਸ ਕਰਕੇ ਗਾਇਕਾ ਦੇ ਸਿਰ ਤੇ ਨਹੀਂ ਸਗੋਂ ਪੂਰੀ ਹੀ ਪੰਜਾਬੀ ਇੰਡਸਟਰੀ ਦੇ ਸਿਰ ਤੇ ਖਤਰੇ ਦੀ ਘੰਟੀ ਮੰਡਰਾ ਰਹੀ ਹੈ ਇਸ ਵਿੱਚ ਘਾਰ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਹੁਣ ਕੈਨੇਡਾ ਦੇ ਵਿੱਚ ਇੱਕ ਗਾਇਕ ਜੋੜੀ ਜੋ ਕਿ ਪੰਜਾਬੀ ਗਾਇਕ ਜੋੜੀ ਆ ਉਸ ਦੇ ਉੱਤੇ ਹਮਲਾ ਕੀਤਾ ਗਿਆ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਦੀਪ ਢਿੱਲੋਂ ਅਤੇ ਜਸਪੀਨ ਜੱਸੀ ਦੀ ਜੋੜੀ ਨੂੰ ਕੌਣ ਨਹੀਂ ਜਾਣਦਾ ਅਖਾੜੇ ਬਹੁਤ ਵਧੀਆ ਹੁੰਦੇ ਨੇ ਇਹਨਾਂ ਦੇ ਜੋੜੀ ਬਹੁਤ ਵਧੀਆ ਮੰਨੀ ਜਾਂਦੀ ਹੈ ਕੈਨੇਡਾ ਦੇ ਵਿੱਚ ਰਹਿੰਦੇ ਨੇ ਜੇਕਰ ਗੱਲ ਕਰੀਏ ਤਾਂ ਆਪਣੀ ਜੋੜੀ ਦੇ ਨਾਲ ਹਰ ਕਿਤੇ ਇਹ ਦੋਹੇ ਗਾਇਕ ਜਿਹੜੇ ਨੇ ਤੱਕ ਪਾਉਂਦੇ ਹੋਏ ਨਜ਼ਰ ਆਉਂਦੇ ਨੇ ਜੀ ਹਾਂ ਦੀਪ ਢਿੱਲੋਂ ਅਤੇ ਜਸਬੀਨ ਜੱਸੀ ਦੀ ਜੋੜੀ ਖੂਬ ਪ੍ਰਸਿੱਧ ਹੈ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਤਾਂ ਗੱਲ ਕਰੀਏ ਕਿ ਇੰਨਾ ਤੇ ਹੁਣ ਜਾਨਲੇਵਾ ਹਮਲਾ ਹੋਇਆ ਜੀ ਹਾਂ ਕਾਫੀ ਸੁਪਰ ਹਿੱਟ ਗੀਤ ਦੇਣ ਵਾਲੀ ਇਹ ਜੋੜੀ ਦੇ ਉੱਤੇ ਹਮਲਾ ਹੋਇਆ ਹੈ ਬ੍ਰੈਂਪਟਨ ਦੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾਂਦੀ ਹੈ ਜੋੜੀ ਜਦੋਂ ਹੀ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਬਾਹਰ ਆਉਂਦੇ ਨੇ ਤਾਂ ਦੇਖਦੇ ਨੇ ਕਿ ਗੱਡੀ ਚੱਕਨਾ ਚੂਰ ਕੀਤੀ ਹੋਈ ਸੀ ਗੱਡੀ ਦੇ ਸ਼ੀਸ਼ੇ ਭੰਨੇ ਹੋਏ ਸੀ ਇੱਥੇ ਤੱਕ ਕਿ ਗੱਡੀ ਦੇ ਅੰਦਰਲਾ ਸਮਾਨ ਜਿਹੜਾ ਲੈ ਕੇ ਫਰਾਰ ਹੋ ਗਿਆ ਸੀ ਕੋਈ ਤਾਂ ਦੱਸਦੇ ਕਿ ਇਸ ਜੋੜੀ ਦੇ ਵੱਲੋਂ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਤਸਵੀਰ ਸਾਂਝੀ ਕੀਤੀ ਗਈ ਵੀਡੀਓ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਇਹਨਾਂ ਨੇ ਕਿਹਾ ਬ੍ਰੈਂਪਟਨ ਦੇ ਵਿੱਚ ਚੋਰਾਂ ਦੇ ਹਾਲ ਦੇਖ ਲਓ ਸੋ ਜਿੱਥੇ ਅਸੀਂ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ ਲੁੱਟਖੋਹਾਂ ਵੱਧ ਰਹੀਆਂ ਨੇ ਉੱਥੇ ਹੀ ਬਾਹਰਲੇ ਦੇਸ਼ ਵੀ ਇੰਨਾ ਘਟਨਾਵਾਂ ਤੋਂ ਕਿਤੇ ਦੂਰ ਨਹੀਂ ਆਏ ਦਿਨ ਕੋਈ ਨਾ ਕੋਈ ਬਾਹਰਲੇ ਮੁਲਕਾਂ ਦੇ ਵਿੱਚੋਂ ਐਕਸੀਡੈਂਟਾਂ ਦੀ ਖਬਰ ਸਾਹਮਣੇ ਆਉਂਦੀ ਹੈ ਕਦੇ ਕੋਈ ਅਨਸੁਖਾਵੀ ਘਟਨਾ ਵਾਪਰ ਜਾਂਦੀ ਹੈ ਤੇ ਹੁਣ ਇੱਕ ਗਾਇਕ ਜੋੜੀ ਦੇ ਵੱਲੋਂ ਹੀ ਵੀਡੀਓ ਸਾਂਝੀ ਕੀਤੀ ਗਈ ਹੈ ਕਿ ਬ੍ਰੈਂਪਟਨ ਦੇ ਵਿੱਚ ਚੋਰਾਂ ਦੇ ਹਾਲ ਦੇਖ ਲੋ ਗੱਡੀ ਬੰਦ ਸੀ ਤਾਂ ਗੱਡੀ ਦੇ ਸ਼ੀਸ਼ੇ ਤੋੜ ਕੇ ਉਸ ਦੇ ਵਿੱਚੋਂ ਸਮਾਨ ਕੱਢ ਕੇ ਲੈ ਗਏ ਚੱਕਨਾ ਚੂਰ ਕਰ ਦਿੱਤੀ ਗੱਡੀ ਗੱਡੀ ਦਾ ਤਾਂ ਹਾਲ ਚਲੋ ਜੋ ਹੋਇਆ ਹੀ ਹੋਇਆ ਹੈ ਗਾਇਕ ਜੋੜੀ ਬਹੁਤ ਹੈਰਾਨ ਸੀ ਇਸ ਪੂਰੀ ਘਟਨਾ ਤੋਂ ਬਾਅਦ ਇਸ ਕੱਟਾਨ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਆਪਣੀ ਰਾਏ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਕਰਨਾ